ਅਸੀਂ ਖੁਦਾ ਦੇ ਨਹਾਇਤੀ ਸ਼ੁਕਰਗੁਜ਼ਾਰ ਹਾਂ ਜਦੋਂ ਅਸੀਂ ਬਚਤ ਸਹਾਇਤਾ ਜ਼ਰੂਰਾਂ ਦੀ ਪੋਥੀ 119 ਬਾਬ ਉਹਦੀ 11 ਆਇਤ ਪੜ੍ਹਦੇ ਹਾਂ। ਉਹਦੇ ਵਿੱਚ ਇੱਦਾਂ ਲਿਖਿਆ ਹੋਇਆ, ਖੁਦਾ ਦਾ ਕਲਾਮ ਬਿਆਨ ਕਰ ਰਿਹਾ ਵਾ, ਮੈਨੇ ਤੇਰੇ ਵਚਨ ਕੋ ਆਪਣੇ ਹਿਰਦੇ ਮੇਂ ਰੱਖ ਛੋੜਾ ਹੈ ਤਾਂ ਕਿ ਤੇਰੇ ਵਿਰੁੱਧ ਪਾਪ। ਖੁਦਾ ਦਾ ਕਲਾਮ ਸਾਡੀ ਬਰਕਤ ਦਾ ਬਾਇਸ ਉਦੋਂ ਹੁੰਦਾ ਜਦੋਂ ਅਸੀਂ ਇਸ ਵਚਨ ਨੂੰ ਸੁਣ ਕੇ ਤੇ ਆਪਣੇ ਹਿਰਦੇ ਦੇ ਵਿੱਚ ਜਗ੍ਹਾ ਦਿੱਤੀ, ਤੇ ਜਿੰਨੀ ਜਗ੍ਹਾ ਇਹਨੂੰ ਮਿਲੇਗੀ ਓਨਾ ਹੀ ਕੰਮ ਕਰਦਾ। ਜਿੱਥੇ ਵਚਨ ਨੂੰ ਸੁਣ ਕੇ ਤੁਹਾਡੇ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਨਫ਼ਰਤ ਦਾ ਪੱਥਰ, ਵੈਰ ਦਾ ਪੱਥਰ, ਬੁਰੀ ਸੋਚ ਦਾ ਪੱਥਰ ਜਦੋਂ ਆ ਗਿਆ ਉਦੋਂ ਹੀ ਇਹਨੇ ਕੰਮ ਕਰਨਾ ਰੁਕ ਜਾਣਾ। ਤੇ ਇਹ ਦਾਊਦ ਰਾਜਾ ਦੇ ਨਾਲ ਖੁਦਾ ਦੀ ਫਰਸਤਿਸ਼ ਕਰਨ ਵਾਲਾ, ਖੁਦਾ ਦਾ ਧੰਨਵਾਦ ਕਰਨ ਵਾਲਾ ਜਿਹੜਾ ਇਹ ਇਨਸਾਨ ਆ, ਤੇ ਪਵਿੱਤਰ ਵਚਨ ਦੇ ਵਿੱਚ ਇਹ ਬਿਆਨ ਕਰ ਰਿਹਾ ਕਿ ਮੈਨੇ ਤੇਰਾ ਵਚਨ ਆਪਣੇ ਹਿਰਦੇ ਵਿੱਚ ਰੱਖ ਛੱਡਿਆ ਹੈ। ਬੰਦੇ ਦੀ ਇੱਕ ਬਹੁਤ ਹੀ ਕਰੀਬੀ ਚੀਜ਼ ਵਾ, ਉਹਦੇ ਜਿਹੜੀ ਕੋਲ ਵਾ ਹਰ ਵਕਤ ਹੀ ਉਹ ਚੀਜ਼ ਉਹਦੇ ਕੋਲ ਵਾ, ਉਹਦੀ ਦੁਸ਼ਮਣ ਵੀ ਹੈ ਤੇ ਉਹਦੇ ਮਿੱਤਰ ਵੀ ਹੈ, ਉਹਦਾ ਦੋਸਤ ਵੀ ਹੈ ਤੇ ਉਹਦਾ ਦੁਸ਼ਮਣ ਵੀ, ਯਾਨੀ ਮਿੱਤਰ ਵੀ ਹੈ ਤੇ ਦੋਸਤ ਵੀ। ਉਹ ਕਿਹੜੀ ਚੀਜ਼ ਸੁਣਨਾ ਉਹ ਨਹੀਂ ਹੁੰਦਾ ਜੇ ਤੈਨੂੰ ਸੁਣਿਆ ਤੇ ਜੱਜ ਚੋਂ
ਸਾਰੀਆਂ ਉਹਨੇ ਕਿੱਦਾਂ ਸੁਣੀ ਜਦੋਂ ਯਿਸੂ ਮਸੀਹ ਉਹਨਾਂ ਦੇ ਘਰ ਗਿਆ ਤੇ ਲਿਖਿਆ ਕਿ ਉਹਨੇ ਜਦੋਂ ਯਿਸੂ ਮਸੀਹ ਉਹਨਾਂ ਦੇ ਕੋਲ ਗਏ ਉਹਨਾਂ ਦੇ ਘਰ ਵਿੱਚ ਗਏ ਤੇ ਉਹਨੇ ਆਪਣੇ ਜੀਵਨ ਦੇ ਵਿੱਚ ਸਭ ਤੋਂ ਵੱਧ ਜਿਹੜਾ ਵਕਤ ਤੇ ਸਮਾਂ ਕਲਾਮ ਨੂੰ ਸੁਣਨ ਦੇ ਵਿੱਚ ਯਿਸੂ ਮਸੀਹ ਦੇ ਕੋਲ ਬੈਠ ਕੇ ਬਤੀਤ ਕੀਤਾ ਯਿਸੂ ਮਸੀਹ ਦੇ ਕੋਲ ਬੈਠ ਕੇ ਨਹੀਂ ਕੀਤਾ ਜਦੋਂ ਬਤੀਤ ਕੀਤਾ ਤੇ ਯਿਸੂ ਮਸੀਹ ਨੇ ਕਿਹਾ ਕਿ ਇਹ ਹੁਣ ਮੈਂ ਇੱਕ ਚੰਗਾ ਹਿੱਸਾ ਪ੍ਰਾਪਤ ਕਰ ਚੁੱਕਿਆ ਕਿਹੜਾ ਹਿੱਸਾ ਚੰਗਾ ਹਿੱਸਾ ਤੇ ਦੂਸਰੀ ਨੂੰ ਕਿਹਾ ਸੀ ਕਿ ਤੂੰ ਬਹੁਤੀਆਂ ਚੀਜ਼ਾਂ ਕਰਦੀਆਂ ਚਿੰਤਾ ਕਰ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਵਚਨ ਸਾਡੇ ਮਨ ਵਿੱਚ ਹੋਵੇਗਾ ਕਿੱਥੇ ਹੋਵੇਗਾ ਇਹ ਵਚਨ ਸਾਨੂੰ ਗੁਨਾਹ ਦੀ ਦੁਨੀਆ ਤੋਂ ਤੇ ਗੁਨਾਹ ਤੋਂ ਆਜ਼ਾਦ ਕਰੇਗਾ ਤੇ ਜਿੰਨੀ ਦੇਰ ਇਹ ਵਚਨ ਮਨ ਵਿੱਚ ਨਹੀਂ ਹੈ ਉਨੀ ਦੇਰ ਇਹ ਵਚਨ ਜਿਹੜਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਜਿੰਨਾ ਅਸਰ ਇਹਦਾ ਹੋਣਾ ਚਾਹੀਦਾ ਵਾ ਓਨਾ ਅਸਰ ਨਹੀਂ ਹੋਏਗਾ ਮਨ ਵਿੱਚ ਕਿੰਨਾ ਦੇ ਨਹੀਂ ਠਹਿਰਦਾ ਬੋਲੋ ਉਹਨਾਂ ਦੇ ਮਨਾਂ ਵਿੱਚ ਕਦੀ ਵੀ ਵਚਨ ਨਹੀਂ ਠਹਿਰ ਸਕਦਾ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਤਕਲੀਫ ਦੀ ਤਾੜ ਮਨ ਨੂੰ ਲੈਣਾ ਚੰਗਾ ਨਹੀਂ ਸਮਝਦੇ ਜਿਹਨਾਂ ਨੂੰ ਤਾੜਨਾ ਨਹੀਂ ਨਾ ਚੰਗੀ ਲੱਗਦੀ ਉਹਨਾਂ ਦੇ ਵਿੱਚ ਵਚਨ ਨਹੀਂ ਠਹਿਰ ਸਕਦਾ ਇੱਕ ਤਾੜਨਾ ਦੇ ਵਸੀਲੇ ਫਜ਼ਲ ਦੇ ਵਸੀਲੇ ਜਦੋਂ ਵਚਨ ਸਾਡੇ ਵਿੱਚ ਰਵੇਗਾ ਤੇ ਫਿਰ ਖੁਦਾ ਹੋ ਸਾਡੇ ਉੱਤੇ ਮਿਹਰਬਾਨ ਹੁੰਦਾ ਜਾਵੇਗਾ ਅਬਰਾਹਮ ਨੇ ਖੁਦਾ ਦੇ ਵਚਨ ਨੂੰ ਲਿਆ ਤੇ ਆਪਣੇ ਘਰੋਂ ਚਲਾ ਤੇ ਜਿਵੇਂ ਜਿਵੇਂ ਉਹਨੇ ਵਚਨ ਰੱਖਿਆ ਬੋਲੋ ਵਚਨ ਰੱਖਣ ਮਨ ਵਿੱਚ ਵਚਨ ਰੱਖਣ ਵਾਲੇ ਦੀ ਖਾਸੀਅਤ ਵੱਧ ਤੋਂ ਵੱਧ ਉਹਨਾਂ ਦਾ ਜੀਵਨ ਤਿਆਗੀ ਹੁੰਦਾ ਤੇ ਜਿਹਦੇ ਵਿੱਚ ਤਿਆਗ ਨਹੀਂ ਉਹਦੇ ਵਿੱਚ ਵੀ ਖੁਦਾ ਦਾ ਕਲਾਮ ਕਦੇ ਵੀ ਉਹਦੇ ਮਨ ਵਿੱਚ ਜਿਹੜਾ ਉਹਨਾਂ ਬੈਠ ਸਕਦਾ ਇਸ ਕਰਕੇ ਬੇਹੱਦ ਜ਼ਰੂਰੀ ਥੋੜਾ ਜਿਹਾ ਗਿਆ ਸ਼ਾਊਲ ਨੇ ਆਪਣੇ ਮਨ ਵਿੱਚ ਵਚਨ ਨਹੀਂ ਸੀ ਰੱਖਿਆ ਉਹਨੂੰ ਬਾਦਸ਼ਾਹ ਕਹਿੰਦੇ ਹੁੰਦੇ ਜਿਨ੍ਹਾਂ ਨੇ ਆਪਣੇ ਵਿੱਚ ਆਪਣੇ ਹਿਰਦੇ ਦੇ ਵਿੱਚ
वचन नु रखिया। ऐसा कोई भी नहीं है जिन्हू खुदा ने बादशाही ना दी हो। वजह मन विच की रखिया वचन। लास्ट गल जदों वचन सुनना ते मन विच रखना आ गया खुदा का कलाम कि वो फिर खाक चो चुक लेता है कि पतवंदियों में बिठा लेता। पर पहला उन्हें उदे में खाक च बैठे च वचन मिलना। दाऊद बच्चा सी अजे ते भेड़ा चारदा सी छोटा जिहा काम सी की चारदा सी उदे में खुदा ने अपना वचन देख लिया। डर देखा ओनू चुकया उठ एक भेडा जान वाले जिवें जिवें वधदा गया वक्त आउण ते खुदा ने बादशाही दे वजह कि उहदे विच की सी गल दे चल। तुसीं वचन नू मन विच रखदे हो जदों सुणदे हो इहदी जिन्नी इज्जत करोगे इज्जत नालों ज्यादा तुहीन हुंदी। बोलो इज्जत नालों ज्यादा लोग अज दे तुहीन करदे। बोलो अगो पिछो टाइम नहीं लगदा मोबाइल चलाउण दा। बोलो पिछो टाइम नहीं लगदा बिजी बहुत रहिंदे हन ते चेचा टाइम लगदा मीटिंग च फोन चलाउण दा। उधरों बच्चन चलण दे हुंदे उधरों फोन च दसो ये तुहीन नहीं है ते होर की ताडा कोई जरूरी काम होवे तुसी किसे जरूरी बंदे नूं मिलना होवे ते बड़ा एमरजेंसी काम होवे ते ओह बंदा फोन ही चलाई जावे ते तुहानूं कुछ फील होवेगा कि नहीं वेख के। बोलो ये तुहीन नहीं है, है? कलाम पैरां च होवे किथे ते आप उठ के असीं बाइबल पैरां च होवे ते आप उठ के असीं सोंग गाउंदे आ साडी हैसियत हैगी है कलाम नाल उच्ची। हांजी तही नहीं है बोली जाओ आप छिया जेबा वाली अठा जेबा वाली पेंट भी मिल जाती है जैकट भी पा ली दी है वधिया चीजा खाने की पहनने की बाइबल के उत्ते एक फटिया कवर चाढ़िया हों जरा 60 to 70 रुपए का नवा मिलता तो वह भी नहीं चाढ़ते ये तो ही नहीं है। ਤੇ ਜੇ ਰੱਬ ਰਹਿਮ ਕਰੇ ਕਵਰ ਚਾੜਨਾ ਆ ਗਿਆ ਤੇ ਘਰ ਵਿੱਚ ਰੱਖਣ ਦੀ ਜਾਂਚ ਨਹੀਂ ਆਈ ਅਜੇ ਤੱਕ ਵੀ ਰੱਖਣੀ ਕਿੱਥੇ ਇਹ ਤੁਹੀਨ ਨਹੀਂ ਆ। ਇਹਨੂੰ ਕੀ ਸਮਝਦੇ ਆ ਅਸੀਂ ਇੱਥੇ ਤੁਸੀਂ 10, 15, 20, 30, 35, 18, 15 ਸੁਣਦੇ ਹੋ ਗੱਲ ਇੰਨਿਆਂ ਦੀ ਨਹੀਂ ਬੋਲੋ ਇਹਨਾਂ ਇਸ ਨੂੰ ਬੜਿਆਂ ਨੇ ਸੁਣਦੇ ਜਾਣਾ ਹਰ ਰੋਜ਼ ਇਸ ਮੀਟਿੰਗ ਨੂੰ ਬੱਚਨ ਨੂੰ ਬੜਿਆਂ ਨੇ ਸੁਣਨਾ ਕੀ ਇਹ ਗੱਲ ਜੀ ਤੁਹੀਨ ਨਹੀਂ ਹੈ। बाइबल अच्छी जगह रखा करो घर इन जो पढ़ते हो तफीक मंगया करो ये अमल कर समझ मंगया करो कि यह तुहाडे हिरदे विच होवे किहदे विच होवे किहदे विच होवे हिरदे विच होवे तुहाडे हिरदे दे विच होवे जो तुहाडे हिरदे दे विच होएगा ते तुहाडे लई फिर खुदा गवाही देगा। अजे असी खुदा की गवाही दिने कि मेरे लिए खुदा ने आ किया मेरे लिए खुदा ने जे किया मेरे लिए खुदा ने वो किया मेरे लिए खुदा ने इदा किया मेरे लिए खुदा ने उदा किया कि खुदा भी ताकि गवाही दिता। हाँ जी खुदा तो है ही तरसवान खुदा तो है ही मेहरबान
ਕੋਈ ਗਵਾਹੀ ਦੇਵੇ ਕਿ ਮੈਨੂੰ ਇੰਨੇ ਸਾਲਾਂ ਬਾਅਦ ਬੇਟਾ ਹੋਇਆ, ਜਿਹੜੇ ਨਹੀਂ ਇਸ ਮਸੀਹ ਨੂੰ ਮੰਨਦੇ ਬੇਟੇ ਉਹਨਾਂ ਘਰ ਨਹੀਂ ਆਉਂਦੇ। ਬੋਲੋ ਪਾਸਟਰ ਆਪਣੇ ਰੇਹ ਸਾਹਿਬ, ਕੀ ਮੈਂ ਗੱਲ ਰੌਂਗ ਬੋਲ ਰਿਹਾ? ਸਾਡੇ ਨਾਲੋਂ ਵੱਧ ਚਾਹੇ ਉਹਨਾਂ ਨੂੰ ਇਹਦਾ ਗਿਆਨ ਨਹੀਂ ਹੈ ਬਾਈਬਲ ਦਾ, ਬਹੁਤ ਜ਼ਿਆਦਾ ਕੁਝ ਦੂਜਿਆਂ ਕੋਲ ਨਹੀਂ ਹੈਗਾ। ਹਾਂਜੀ, ਜਿਹੜੇ ਨਹੀਂ ਇਸ ਮਸੀਹ ਨੂੰ ਮੰਨਦੇ, ਮੈਂ ਤੁਹਾਨੂੰ ਜਿੱਥੇ ਖਿਲਾਰ ਕੇ ਸਮਝਾਉਣਾ ਚਾਹੁੰਦਾ ਨਾ, ਉੱਥੇ ਖਲੋ ਕੇ ਬਹਿ ਕੇ ਅੱਛੇ ਤਰੀਕੇ ਨਾਲ ਸਮਝੋ। ਮੁਬਾਰਕ ਤਾਂ ਦੇਵਾਂ ਜਦੋਂ ਖੁਦਾ ਸਾਡੀ ਗਵਾਹੀ ਦੇਵੇ। ਹਾਲੇਲੂਇਆ। ਅਸੀਂ ਦੇਈਏ, ਸਾਰੀ ਦੁਨੀਆ ਦੇਣ ਲਈ ਹੈ। ਇਹ 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 ਕੋਈ ਮੈਂ ਨਹੀਂ ਇਹਨੂੰ ਵੱਡੀ ਗੱਲ ਸਮਝਦਾ। ਖੁਦਾ ਦੇਵੇ ਗਵਾਹੀ, ਕੀ ਦੇਵੇ? ਖੁਦਾ ਗਵਾਹੀ ਦੇਵੇ। ਮਰੀਅਮ ਦੇ ਘਰ ਗਿਆ, ਦੋ ਭੈਣਾਂ ਸੀ ਤੇ ਗਵਾਹੀ ਕਿਹਦੀ ਦਿੱਤੀ ਉਹਨੇ? ਮਰੀਅਮ ਦੀ। ਮਰੀਅਮ ਦੀ ਕਿਉਂ? ਪਰਮੇਸ਼ਰ ਦੇ ਵਚਨ ਸੁਣਦੀ ਸੀ ਤੇ ਓਦਾਂ ਹੀ ਸੁਣਦੇ ਹੀ ਕੰਮ ਕਰਦੀ, ਓਦਾਂ ਹੀ ਸੁਣਦੇ ਹੀ ਜਿੱਦਾਂ ਸੁਣਨਾ ਚਾਹੀਦਾ। ਅਸੀਂ ਕਿੱਦਾਂ ਸੁਣਦੇ? ਪੜ੍ਹਦੇ ਕਿੱਦਾਂ? ਪੜ੍ਹ ਕੇ ਸੁਣ ਕੇ ਬਾਈਬਲ ਰੱਖਦੇ ਕਿੱਦਾਂ? ਸਾਰੀ ਦਿਹਾੜੀ ਕਿਵੇਂ ਚੱਲਦੇ? ਇਹ ਨਹੀਂ ਹੈ ਤੁਸੀਂ ਗਵਾਹੀ ਦਿਓ। ਮੁਬਾਰਕ ਕਰਦੇ ਹੋ ਜਦੋਂ ਰੱਬ ਤੁਹਾਡੀ ਗਵਾਹੀ ਦੇਵੇ, ਜਿਵੇਂ ਉਹ ਅਜੂਬ ਦੀ ਵੀ ਗਵਾਹੀ ਦਿੰਦਾ ਵਾ। ਹਾਲੇਲੂਇਆ, ਹਾਲੇਲੂਇਆ। ਸ਼ੈਤਾਨ ਨੂੰ ਕਹਿੰਦਾ, ਵੇਖ ਕੇ ਆਇਆ ਘੁੰਮਦਾ ਫਿਰਦਾ ਮੇਰਾ ਬੰਦਾ ਹੈਗਾ ਕਿ ਨਹੀਂ ਉੱਥੇ, ਜਿਹੜਾ ਮੇਰੇ ਤੋਂ ਡਰਦਾ, ਮੇਰੇ ਵਚਨ ਨੂੰ ਆਪਣੇ ਵਿੱਚ ਰੱਖਦਾ। ਉਹਨੂੰ ਮੈਂ ਇੰਨੀ ਜਾਇਦਾਦ, ਪ੍ਰਾਪਰਟੀ, ਦੌਲਤ ਦਿੱਤੀ ਹੈ, ਤਾਂ ਵੀ ਆਪਣੇ ਬੱਚਿਆਂ ਨੂੰ ਲੈ ਕੇ ਜਗਵੇਦੀ ਤੇ ਬਹਿੰਦਾ, ਮੇਰਾ ਧੰਨਵਾਦ ਕਰਦਾ। ਵੇਖਿਆ ਹੀ ਉਹ ਗਵਾਹੀ ਦੇਣ ਡਿਆ ਰੱਬ ਦੀ ਕਿ ਰੱਬ ਉਹਦੀ ਦੇਣ ਡਿਆ? ਖੁਦਾ ਦੀ ਗਵਾਹੀ ਦੇਣ ਡਿਆ ਕਿ ਉਹ ਦੇਣ ਡਿਆ ਖੁਦਾ ਦੀ ਗਵਾਹੀ? ਉਹ ਸਿਰਫ ਡਰਦਾ ਆਪਣੇ ਵਿੱਚ ਵਚਨ ਰੱਖ ਕੇ ਤੇ ਖੁਦਾ ਕੋ ਕੀ ਕਰਦਾ। ਤੁਸੀਂ ਬੋਲਦੇ ਨਹੀਂ, ਫਿਰ ਸਮਾਪਤ ਕਰ ਦਿਓ। ਚਲੋ ਇੱਥੋਂ ਹੀ ਸ਼ੁਰੂ ਕਰਾ ਲਿਓ ਦੇ ਉੱਤੇ। ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਮੁਬਾਰਕ ਉਹੀ ਹੈ ਖੁਦਾ ਦੇ ਘਰ ਵਿੱਚ, ਖੁਦਾ ਉਹਦੀ ਗਵਾਹੀ ਦੇਵੇਗਾ। ਯਿਸੂ ਵੀ ਉਹਦੀ ਗਵਾਹੀ ਦੇਵੇਗਾ ਬਾਪ ਦੇ ਸਾਹਮਣੇ, ਜਿਹਦੇ ਵਿੱਚ ਉਹਦਾ ਵਚਨ, ਜਿਹਦੇ ਵਿੱਚ ਕੀ ਆ ਉਹਦਾ ਤੇ ਜਿਹਨੇ ਵਚਨ ਨੂੰ ਰੱਦੋ ਅਮਲ ਕਰ ਛੱਡਿਆ, ਅੱਜ ਨਹੀਂ ਤੇ ਆਉਣ ਵਾਲੇ ਕੱਲ੍ਹ 'ਚ ਉਹ ਰੱਦੋ ਅਮਲ ਹੋਣ ਵਾਲਾ, ਉਹਦਾ ਲਿਹਾਜ ਨਹੀਂ। ਜੇ ਖੁਦਾ ਕਿਸੇ ਦਾ ਵੀ ਪੱਖ ਕਰਦਾ, ਆਓ ਅੱਖਾਂ ਬੰਦ ਕਰ, ਸਿਰਾਂ ਨੂੰ ਪ੍ਰਭੂ ਦੀ ਹਜ਼ੂਰੀ 'ਚ ਝੁਕਾ, ਖੁਦਾ ਦਾ ਧੰਨਵਾਦ ਕਰਾਂਗੇ, ਤਾਰੀਫ ਕਰਾਂਗੇ। ਹਾਲੇਲੂਇਆ, ਹਾਲੇਲੂਇਆ, ਤਾਰੀਫ, 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 ਤੇਰਾ ਧੰਨਵਾਦ।